ਅਸੀਂ ਸ਼ੁਰੂ ਕਰੇ ਹਾਂ ਆਈਟੀ ਭੱਦਲ ਵੱਲੋਂ, ਅਤੇ ਅਸੀਂ ਪਿੱਛੇ ਦੇਖ ਰਹੇ ਹਾਂ ਕਿ ਜਹਾਜ਼ ਦੇ ਜਿਹੜੇ ਪਾਰਟਸ ਜਿਹੜੇ ਆ, ਇਹਦੇ ਬਾਰੇ ਕੀ ਜਾਣਕਾਰੀ? ਇਹ ਸਰ ਅਸੀਂ ਆਈ ਟੀ ਭੱਦਲ ਨੇ ਜੀ ਇਹ ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਕੋਰਸ ਜੋ ਕਿ BSc ਓਨਰਸ ਕੋਰਸ ਹੈਗਾ ਉਹ ਸ਼ੁਰੂ ਕੀਤਾ, ਐਂਡ ਇਟ ਇਜ਼ ਗੋਇੰਗ ਟੂ ਬੀ ਅ ਫਸਟ ਇੰਸਟੀਟਿਊਸ਼ਨ ਇਨ ਪੰਜਾਬ ਏਰੀਆ ਇਨ ਨੋਰਦਰਨ ਪਾਰਟ ਆਫ ਇੰਡੀਆ ਜਿਹੜਾ ਕਿ ਇਹ ਕੋਰਸ ਸ਼ੁਰੂ ਕਰਨ ਜਾ ਰਿਹਾ ਹੈਗਾ, BSc ਏਅਰਕ੍ਰਾਫਟ ਓਨਰਸ ਏਅਰਕ੍ਰਾਫਟ ਮੇਨਟੇਨੈਂਸ। ਠੀਕ ਹੈ ਜੀ, ਇਸ ਤੋਂ ਪਹਿਲਾਂ ਕਈ ਕਾਲਜਸ ਯੂਨੀਵਰਸਿਟੀਜ਼ ਹੈਗੀਆਂ ਨੇ ਜਿਹੜੀਆਂ ਇਹ ਸਰਟੀਫਾਈਡ ਕੋਰਸਿਸ ਕਰਵਾ ਰਹੀਆਂ ਨੇ, ਬਟ ਇਹ ਅਸੀਂ ਡਿਗਰੀ ਕੋਰਸ ਕਰਵਾ ਰਹੇ ਹਾਂ ਫੁੱਲ ਫਲੈਜ 3 ਸਾਲ ਦਾ। ਬੇਸਿਕਲੀ ਕਿਆ ਹੁੰਦਾ ਕਿ ਏਅਰਕ੍ਰਾਫਟ ਦੇ ਵਿੱਚ ਦੋ ਲੋਕਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ, ਇੱਕ ਤਾਂ ਪਾਇਲਟ, ਇੱਕ ਇਹਦਾ ਇੰਜੀਨੀਅਰ ਜੋ ਉਹਦੀ ਮੇਨਟੇਨੈਂਸ ਕਰੇਗਾ। AME ਕੋਰਸ ਕਰਨ ਤੋਂ ਬਾਅਦ ਜਿਹੜਾ ਬੰਦਾ ਇਹਦੇ ਗ੍ਰੈਜੂਏਟ ਹੁੰਦਾ ਹੈਗਾ ਉਹਨੂੰ ਇੱਕ ਸਰਟੀਫਿਕੇਟ ਲਾਇਸੈਂਸ ਮਿਲਦਾ ਹੈਗਾ ਕਿ ਕੋਈ ਵੀ ਫਲਾਈਟ ਜਦੋਂ ਜਾਣ ਵਾਲੀ ਹੈ ਉਹ ਤੋਂ ਪਹਿਲਾਂ ਉਹਦੀ ਮੇਨਟੇਨੈਂਸ, ਉਹਦੀ ਉਹਦੇ ਪਾਰਟਸ ਦੀ ਜਾਣਕਾਰੀ ਪ੍ਰੋਪਰ ਉਹਨੂੰ ਪਾਇਲਟ ਨੂੰ ਪਹੁੰਚਾਉਣੀ, ਉਹ AME ਕੋਰਸ ਹੁੰਦਾ ਸੀ। ਅਤੇ ਇਹ ਬਾਕੀ ਸਿਟੀ ਦੇ ਵਿੱਚ ਜੈਸੇ ਬੋਂਬੇ, ਪੁਨੇ, ਦਿੱਲੀ ਸਾਈਡ ਹੋਰ ਇਹ ਕੋਲਜ ਕੋਰਸਿਸ ਚੱਲਦੇ ਨੇ ਬਟ ਸਰਟੀਫਾਈਡ ਨੇ। ਉਹਨਾਂ ਦੀ ਕੀਮਤ ਮਤਲਬ ਜਿਹੜੀ ਕੋਸਟ ਹੈਗੀ, ਫੀਸ ਹੈਗੀ ਤਕਰੀਬਨ 18 ਤੋਂ 22 ਲੱਖ ਰੁਪਏ ਹੈਗੀ। ਬਟ IIT ਭੱਦਲ ਦੀ ਮੈਨੇਜਮੈਂਟ ਨੇ ਡਿਸਾਈਡ ਕੀਤਾ ਕਿ ਇਹਦੀ ਜਿਹੜੀ ਫੀਸ ਹੋਏਗੀ 3 ਸਾਲਾਂ ਦੀ ਉਹ ਤਕਰੀਬਨ ਸਰ 2 ਲੱਖ ਰੁਪਏ ਦੇ ਵਿੱਚ ਹੀ ਹੋਏਗੀ। ਮਤਲਬ 30,000 ਰੁਪਏ ਉਹ ਪਰ ਸਮੈਸਟਰ ਅਸੀਂ ਫੀਸ ਰੱਖਿਆ ਹੈਗਾ। ਅਤੇ ਲੋਕਲ ਰੋਪੜ ਦੇ ਲੋਕਾਂ ਲਈ ਇਹ ਬੜੀ ਸੁਭਾਗ ਦੀ ਗੱਲ ਹੈ ਕਿ ਰੋਪੜ ਦੇ ਵਿੱਚ ਇਹ ਇੱਕ ਕੋਲਜ ਹੈਗਾ ਜਿਹੜਾ ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਸ਼ੁਰੂ ਕਰ ਪਾ ਰਿਹਾ ਹੈਗਾ। ਬਹੁਤ ਧੰਨਵਾਦ ਜੀ, ਇਹ ਸਨ ਸਾਡਾ ਪ੍ਰੋਫੈਸਰ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਜੇ ਜਹਾਜ਼ ਦਾ ਕੋਰਸ ਜਿਹੜਾ ਰੋਪੜ ਦੇ ਵਿੱਚ ਪਹਿਲੀ ਵਾਰੀ ਪੰਜਾਬ ਦੇ ਵਿੱਚ ਜਿਹੜਾ ਸ਼ੁਰੂ ਹੋਇਆ, ਅਤੇ ਅਸੀਂ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗੇ ਕਿ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਕੋਰਸ ਕਰਨ ਲਈ IIT ਭੱਦਲ ਭੇਜੋ।